ਐਸੀ ਹੋਵੇ ਯਾਰੀ ਵੀ ਐਸੀ ਹੋਵੇ ਯਾਰੀ ਤਾਂ ਗੱਲ ਫੱਪਦੀ ਏ ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਹਾਂ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਆ ਜੀ ਰਿਵਨ ਟੀ ਵਨ ਟੂ ਥ੍ਰੀ ਵਨ ਐਸੀ ਹੋਵੇ ਯਾਰੀ ਐਸੀ ਹੋਵੇ ਯਾਰੀ ਕੋਈ ਐਸੀ ਹੋਵੇ ਯਾਰੀ ਤਾਂ ਗੱਲ ਫੱਪਦੀ ਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਮਸਤਾਂ ਦੇ ਨਾਲ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਸੁਣ ਮੀਰਾਂ ਦਾ ਕੀ ਸਮਝਾਉਂਦਾ ਏ ਤੂੰ ਬਸ ਸੁਣ ਮੀਰਾਂ ਦਾ ਕੀ ਸਮਝਾਉਂਦਾ ਏ ਸਾਈਂ ਲਾਡੀ ਸ਼ਾਵੀ ਸਾਈਂ ਲਾਡੀ ਸ਼ਾਵੀ ਸਾਈਂ ਲਾਡੀ ਸ਼ਾਵੀ ਹੱਕ ਦੇ ਨਾਰੇ ਲਾਉਂਦਾ ਏ ਬਾਪੂ ਦੀ ਗੁਲਾਮੀ ਕੀਤੀ ਬਾਪੂ ਦੀ ਗੁਲਾਮੀ ਕੀਤੀ ਬਾਪੂ ਦੀ ਗੁਲਾਮੀ ਕੀਤੀ ਰਹਿਮਤ ਬਸਦੀ ਏ ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਲੱਗਦੀ ਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ
ਮੁਰਸ਼ਿਦ ਮੇਰਾ, ਮੁਰਸ਼ਿਦ ਮੇਰਾ, ਮੁਰਸ਼ਿਦ ਮੇਰਾ, ਮੁਰਸ਼ਿਦ ਮੇਰਾ, ਮੁਰਸ਼ਿਦ ਮੇਰਾ ਬੈਸੀਆਂ ਵਿੱਚ ਦੱਸਦਾ ਏ, ਮੁਰਸ਼ਿਦ ਮੇਰਾ ਬੈਸੀਆਂ ਵਿੱਚ ਦੱਸਦਾ ਏ, ਦਾਦਾ ਅਲੀ ਅਹਿਮਦ, ਦਾਦਾ ਅਲੀ ਅਹਿਮਦ, ਦਾਦਾ ਅਲੀ ਅਹਿਮਦ ਸਰਕਾਰ ਮੰਡਾਰੀ ਵੱਸਦਾ ਏ, ਦਾਦਾ ਦਾਦਾ ਅਲੀ ਅਹਿਮਦ ਸਰਕਾਰ ਮੰਡਾਰੀ ਵੱਸਦਾ ਏ, ਪੈਰਾਂ ਤੇ ਬਣਾਈ ਚਾਹ, ਪੈਰਾਂ ਤੇ ਬਣਾਈ ਚਾਹ, ਪੈਰਾਂ ਤੇ ਬਣਾਈ ਚਾਹ, ਇਹ ਗੱਲ ਸੱਚ ਦੀ ਏ, ਮਸਤਾ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾ ਦੇ ਨਾਲ ਓਏ, ਮਸਤਾ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮੈਂ ਜਿਹੜੀ ਗੱਲ ਕਹਿਣ ਲੱਗਿਆ ਜਰਾ ਸਰਕਾਰ, ਜੇ ਤੂੰ ਰੱਬ ਨੂੰ ਮਨਾਉਣਾ, 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 ਹਾਂ ਜੇ ਤੂੰ ਰੱਬ ਨੂੰ ਮਨਾਉਣਾ, 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 ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਜੇ ਤੂੰ ਰੱਬ ਨੂੰ ਮਨਾਉਣਾ ਉਹ, ਜੇ ਤੂੰ ਯਾਰ ਨੂੰ ਮਨਾਉਣਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਓਏ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੀ ਆਉਂਦਾ ਏ, ਤੂੰ ਰੱਬ ਨੂੰ ਮਨਾਉਣਾ, ਪਹਿਲਾਂ ਯਾਰ ਨੂੰ ਮਨਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਓ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਯੋਗਾ, ਬਣ ਕੰਜਰੀ ਤੂੰ ਫੁੱਲੇ ਵਾਂਗੂ ਘੁੰਗਰੂ ਵੀ ਪਾ, ਓਏ ਬਣ ਕੰਜਰੀ ਤੂੰ ਫੁੱਲੇ ਵਾਂਗੂ ਘੁੰਗਰੂ ਵੀ ਪਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਆਖਾਏ, ਜੇ ਤੂੰ ਰੱਬ ਨੂੰ ਮਨਾਉਣਾ, ਕਦਮਾਂ ਚ ਵੇਖ ਧਰ ਕੇ,
ਵੇਖ ਧਰਕੇ ਜੇ ਕੁਝ ਪਿਆਰ ਵਿੱਚ ਵੇਖ ਹਰ ਕੇ ਯਾਰ ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ ਯਾਰ ਜੋ ਤੈਨੂੰ ਕਹਿੰਦਾ ਯਾਰ ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੀ ਹੁੰਦਾ ਹੈ ਜੇ ਤੂੰ ਰੱਬ ਨੂੰ ਮਨਾਉਣਾ ਰੱਬ ਮੰਨ ਤੂੰ ਮਨਾਉਣਾ ਔਖਾ ਬਾਣੀ ਕੰਜਰੀ ਤੂੰ ਬੁੱਲੇ ਵਾਂਗੂ ਕੁੰਜਰੂ ਬਾਣੀ ਕੰਜਰੀ ਤੂੰ ਬਾਣੀ ਕੰਜਰੀ ਤੂੰ ਬੁੱਲੇ ਵਾਂਗੂ ਕੁੰਜਰੂ ਬਾਣੀ ਕੰਜਰੀ ਤੂੰ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਜੇ ਤੂੰ ਰੱਬ ਨੂੰ ਮਨਾਉਣਾ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਦੱਸਦਾ ਏ ਹਾਂ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਦੱਸਦਾ ਏ ਦਾਦਾ ਅਲੀ ਅਹਿਮਦ ਦਾਦਾ ਅਲੀ ਅਹਿਮਦ ਦਾਦਾ ਅਲੀ ਅਹਿਮਦ ਸਰਕਾਰ ਮਝਾੜੀ ਦੱਸਦਾ ਏ ਮਝਾੜੀ ਦੱਸਦਾ ਏ ਮੈਂ ਕਹਿ ਰਿਹਾ ਮੁਰਸ਼ਿਦ ਮੇਰਾ ਬੈਰਸੀਆਂ ਵਿੱਚ ਦੱਸਦਾ ਏ ਇੱਕ ਵਾਰ ਦਾ ਵਾਕਿਆ ਸੁਣਾਉਣ ਲੱਗਾ ਮੈਂ ਜਰਾ ਧਿਆਨ ਦੇਣਾ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਧਿਆਨ ਦੇ ਨਾਲ ਗੱਲ ਸੁਣ ਲਿਓ ਕਿਉਂਕਿ ਜਿਹਨਾਂ ਦੀ ਦਰਬਾਰ ਬਣਿਆ ਹੋਇਆ ਉਹਨਾਂ ਦੀ ਗੱਲਬਾਤ ਹੈ ਦਾਦਾ ਅਲੀ ਅਹਿਮਦ ਸ਼ਾਹ ਸਰਕਾਰ ਦੇ ਮੁਰਸ਼ਦ ਬਾਬਾ ਗੁਲਾਮੀ ਸ਼ਾਹ ਸਰਕਾਰ ਉਹ ਕਾਕਾ ਇੱਧਰ ਨੂੰ ਉਧਰ ਸਾਹਿਬ ਬਾਬਾ ਗੁਲਾਮੀ ਸ਼ਾਹ ਸਰਕਾਰ ਨੇ ਇੱਕ ਵਾਰੀ ਹੁਕਮ ਲਾਇਆ ਕਹਿੰਦੇ ਅਲੀ ਅਹਿਮਦ ਅਸੀਂ ਚਾਹ ਹਰ ਰੋਜ਼ ਪੀਂਦੇ ਹਾਂ ਲੇਕਿਨ ਜਿਹੜੀ ਚਾਹ ਅਸੀਂ ਅੱਜ ਪੀਣ ਨੂੰ ਦਿਲ ਕਰਦਾ ਅਸੀਂ ਉਹ ਚਾਹ ਪੀਣੀ ਹੈ ਜਿਹੜੀ ਚਾਹ ਤੇਰੇ ਜਿਸਮ ਤੇਰੇ ਸਰੀਰ ਦੇ ਵਿੱਚੋਂ ਬਣ ਕੇ ਆਵੇ ਉਹ ਕਹਿੰਦੇ ਸਰਕਾਰ ਇੱਦਾਂ ਦੀ ਕਿਹੜੀ ਚਾਹ ਹੋ ਸਕਦੀ ਹੈ ਪਰ ਕਹਿੰਦੇ ਹੁੰਦੇ ਆ ਗੱਲ ਹੀਰ ਦੀ ਅਤੇ ਰਮਜ ਫਕੀਰ ਦੀ ਮੁਰਸ਼ਦ ਦੀ ਗੱਲ ਮੁਰੀਦ ਸਮਝ ਸਕਦਾ ਕਿ ਮੁਰਸ਼ਦ ਕੀ ਮੰਗਦਾ ਅਤੇ ਦਾਤਾ ਅਲੀ ਅਹਿਮਦ ਸ਼ਾਹ ਸਰਕਾਰ ਨੇ ਕੀ ਕੀਤਾ
ਦਾਦਾ ਅਲੀ ਅਹਿਮਦ ਸ਼ਾਹ ਸਰਕਾਰ ਨੇ ਕੋਈ ਗੈਸ ਸਿਲੰਡਰ ਨਹੀਂ ਬਾਲਿਆ, ਕੋਈ ਚੁੱਲ੍ਹਾ ਨਹੀਂ ਬਾਲਿਆ। ਦਾਦਾ ਅਲੀ ਅਹਿਮਦ ਸ਼ਾਹ ਸਰਕਾਰ ਨੇ ਦੋਨਾਂ ਪੈਰਾਂ ਦਾ ਚੁੱਲ੍ਹਾ ਬਣਾ ਲਿਆ, ਨੀਚੇ ਅੱਗ ਬਾਲਦੀ, ਉੱਪਰ ਪਾਣੀ ਦਾ ਪਤੀਲਾ ਉੱਬਲ ਗਿਆ, ਦਾਦਾ ਜੀ ਨੇ ਪੈਰਾਂ 'ਤੇ ਚਾਹ ਬਣਾ ਦਿੱਤੀ। ਇੱਦਾਂ ਦੀਆਂ ਗੱਲਾਂ ਤੁਹਾਨੂੰ ਕਿਸੇ ਨੇ ਦੱਸਣੀਆਂ ਨਹੀਂ, ਮੈਂ ਜੇ ਪਹਿਲੀ ਵਾਰੀ ਆਇਆ ਤਾਂ ਮੈਂ ਦੱਸ ਰਿਹਾ, ਤਾਂ ਧਿਆਨ ਨਾਲ ਸੁਣਿਓ, ਮਾਈਆਂ ਬੀਬੀਆਂ ਨੂੰ ਖਾਸ ਕਰਕੇ ਹੈ। ਅਤੇ ਦਾਦਾ ਜੀ ਨੇ ਪੈਰਾਂ 'ਤੇ ਚਾਹ ਬਣਾਈ ਤਾਂ ਤੁਸੀਂ ਤਾਲੀਆਂ ਕਿੰਨੀਆਂ ਕੁ ਵਜਾਉਣੀਆਂ, ਜਦੋਂ ਦੇਖ ਲਓ ਹਿਸਾਬ ਲਾ ਲਓ। ਜਦੋਂ ਦਾਦਾ ਜੀ ਨੇ ਪੈਰਾਂ 'ਤੇ ਚਾਹ ਬਣਾਤੀ, ਚਾਹ ਦਾ ਪਿਆਲਾ ਭਰ ਲਿਆ ਅਤੇ ਆਪਣੇ ਮੁਰਸ਼ਦ ਬਾਬਾ ਗੁਲਾਮੀ ਸ਼ਾਹ ਸਰਕਾਰ ਦੇ ਕੋਲ ਚਾਹ ਲੈ ਕੇ ਕਿਵੇਂ ਜਾਣ, ਕਿਉਂਕਿ ਪੈਰਾਂ ਦੇ ਵਿੱਚੋਂ ਲਹੂ ਜਾ ਰਿਹਾ, ਪੈਰਾਂ ਦੇ ਵਿੱਚੋਂ ਪਾਕ ਜਾ ਰਹੀ ਹੈ। ਚਾਹ ਦਾ ਪਿਆਲਾ ਭਰ ਲਿਆ, ਦੋਨਾਂ ਗੋਡਿਆਂ ਦੇ ਭਰਨੇ ਕਿਸ ਕਿਸ ਕੇ, ਹੌਲੀ 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 ਚਾਹ ਦਾ ਪਿਆਲਾ ਲੈ ਕੇ ਦਾਦਾ ਜੀ ਬਾਬਾ ਗੁਲਾਮੀ ਸ਼ਾਹ ਸਰਕਾਰ ਦੇ ਕੋਲ ਆ ਗਿਆ। ਔਰ ਇਹ ਗੱਲਾਂ ਸੱਚੀਆਂ, ਬਾਬਾ ਗੁਲਾਮੀ ਸ਼ਾਹ ਸਰਕਾਰ ਨੇ ਚਾਹ ਦਾ ਪਿਆਲਾ ਫੜਿਆ, ਕਿਸੇ ਡਾਕਟਰ ਕਿਸੇ ਹਕੀਮ ਨੂੰ ਨਹੀਂ ਬੁਲਾਇਆ, ਇੱਕ ਅੱਲਾ ਦਾ ਨਾਮ ਲੈ ਕੇ ਬਿਸਮਿਲਾ ਕਰਕੇ ਪੈਰਾਂ 'ਤੇ ਫੂਕ ਮਾਰੀ, ਕਿਤੇ ਜ਼ਖਮ ਵੀ ਨਹੀਂ ਰਿਹਾ ਸਾਧ ਜੀ। ਇਹ ਜ਼ਿਆਦਾ ਪੁਰਾਣੀਆਂ ਗੱਲਾਂ ਨਹੀਂ ਹੈ। 1985 ਦੇ ਵਿੱਚ ਦਾਦਾ ਜੀ ਨੇ ਚੋਲਾ ਬਦਲਿਆ ਅਤੇ ਉਸ ਤੋਂ ਪਹਿਲਾਂ ਇਹਦਾ ਵਾਕਿਆ ਜਿਹੜਾ ਹੋਇਆ। ਅਤੇ ਫਿਰ ਬਾਬਾ ਗੁਲਾਮੀ ਸ਼ਾਹ ਸਰਕਾਰ ਨੇ ਆਖਿਆ, ਕਹਿੰਦੇ ਅਲੀ ਅਹਿਮਦ ਤੇਰਾ ਰੁਤਬਾ ਹੁਣ ਸਾਡੇ ਤੋਂ ਵੀ ਵੱਡਾ ਹੋ ਗਿਆ, ਤੂੰ ਇਮਤਿਹਾ ਨਹੀਂ ਐਸਾ ਪਾਸ ਹੋ ਗਿਆ, ਤੇਰਾ ਰੁਤਬਾ ਸਾਡੇ ਤੋਂ ਵੀ ਵੱਡਾ ਹੋ ਗਿਆ, ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਕਹਿੰਦੇ ਸਾਡਾ ਡੇਰਾ ਬੰਗਿਆਂ ਵਿੱਚ ਹੋਵੇਗਾ ਪਰ ਤੇਰਾ ਡੇਰਾ ਮਢਾੜੀ ਦੇ ਵਿੱਚ ਹੋਵੇਗਾ, ਤੈਨੂੰ ਦਾਦਾ ਜੀ ਕਹਿ ਕੇ ਇਸ ਵਾਰੀ ਦੁਨੀਆ ਪੂਜਿਆ ਕਰੇਗੀ। ਜੈ ਹੋ। ਮੁਰਸ਼ਦ ਮੇਰਾ ਵੈਸੀਆਂ ਵਿੱਚ ਦੱਸਦਾ ਏ, ਦਾਦਾ ਅਲੀ ਅਹਿਮਦ ਸਰਕਾਰ ਮਢਾੜੀ ਵਸਦਾ ਏ, ਪੈਰਾਂ ਤੇ ਬਣਾਈ ਚਾ ਇਹ ਗੱਲ ਸੱਚ ਦੀ ਏ, ਦਾਦਾ ਜੀ ਨਾ ਕਿਸੇ ਕਿਸੇ ਦੀ ਲੱਗਦੀ ਏ, ਲੱਗਦੀ ਏ, ਲੱਗਦੀ ਏ।